ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਹੋਸਟ ਦੋਸਤ ਜੈਦੀਪ ਪਿਤਰਾ ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਔਨ ਲੋਕੇਸ਼ਨ ਸ਼ੂਟ 'ਤੇ। ਜੀ ਹਾਂ, ਇਹ ਇੱਕ ਪੰਜਾਬੀ ਫਿਲਮ ਦਾ ਔਨ ਲੋਕੇਸ਼ਨ ਹੈ ਜਿਹਦਾ ਨਾਮ ਹੈ ਪੰਜ ਖਾਬ। ਇਸ 'ਚ ਫੀਚਰ ਕਰ ਰਹੇ ਨੇ ਮੋਨਿਕਾ ਗਿੱਲ, ਗੁਰਪ੍ਰੀਤ ਘੁੱਗੀ ਵਰਗੇ ਕਲਾਕਾਰ। ਅਤੇ ਇਸ ਟਾਈਮ ਆਪਾਂ ਖੜ੍ਹੇ ਹਾਂ ਪਟਿਆਲੇ ਦੇ ਨੇੜੇ ਪਿੰਡ ਬਲਿਆਲ 'ਚ, ਜਿੱਥੇ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਅਤੇ ਆਓ ਵੇਖਦੇ ਹਾਂ ਇਸ ਫਿਲਮ ਦੀ ਸ਼ੂਟਿੰਗ ਅਤੇ ਇੰਜੋਏ ਕਰਦੇ ਹਾਂ ਔਨ ਲੋਕੇਸ਼ਨ ਦਾ ਨਜ਼ਾਰਾ। ਪੰਜ ਖਾਬ ਦੇ ਔਨ ਲੋਕੇਸ਼ਨ ਸ਼ੂਟ 'ਤੇ ਆਏ ਹੋਏ ਹਾਂ ਅਤੇ ਇੱਥੇ ਜਿਹੜੀ ਗਰਮੀ ਹੈ ਉਹ ਬਹੁਤ ਹੈ, ਅਤੇ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਪੰਜਾਬ ਦੇ, ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਵਨ ਆਫ ਦਾ ਬੈਸਟ ਐਕਟਰ, ਗੁਰਪ੍ਰੀਤ ਘੁੱਗੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਅਤੇ ਆਪਾਂ ਅੱਜ ਔਨ ਲੋਕੇਸ਼ਨ 'ਤੇ ਇੱਥੇ ਹੈਗੇ ਅਤੇ ਪਿੰਡ 'ਚ ਤੁਸੀਂ ਸ਼ੂਟ ਕਰਦੇ ਪਏ ਹੋ, ਅਤੇ ਰੀਸੈਂਟਲੀ ਤੁਸੀਂ ਮੋਰੀਸ਼ੀਅਸ ਤੋਂ ਆਏ ਹੋ ਸ਼ੂਟ ਕਰਕੇ, ਅਤੇ ਮੋਰੀਸ਼ੀਅਸ ਤੋਂ ਬਾਅਦ ਇੱਥੇ ਸ਼ੂਟ ਕਰਨ ਨੇ ਗਰਮੀ 'ਚ, ਫਿਰ ਆ ਰਿਹਾ ਸਵਾਦ? ਮੋਰੀਸ਼ੀਅਸ ਵਾਕਈ ਠੰਡਾ ਸੀ, ਇੱਥੇ ਜਿੰਨੀ ਗਰਮੀ ਕਹਿ ਲਓ ਉਨੀ ਘੱਟ ਹੈ। ਇਹ ਤਾਂ ਲੱਗਦਾ ਕਿਸੇ ਨੇ ਫਰਿੱਜ 'ਚੋਂ ਕੱਢ ਕੇ ਅਤੇ ਤੰਦੂਰ 'ਚ ਪਾ ਦਿੱਤਾ ਵੀ ਹੁਣ ਇਹਨੂੰ ਫਰਾਈ ਕਰੋ ਜਰਾ, ਹੈ ਨਾ, ਇਹਨੂੰ ਰੋਸਟ ਕਰੋ ਚੰਗੀ ਤਰ੍ਹਾਂ। ਸੋ ਬਟ ਇਹ ਕਿ ਆਰਟਿਸਟ ਦੀ ਇਹ ਡੈਸਟਨੀ ਹੈ ਜੀ ਕਿ ਉਹ ਕੋਈ ਇੱਕ ਥਾਂ 'ਤੇ ਸਥਿਰ ਨਹੀਂ ਰਹਿ ਸਕਦਾ। ਸੋ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਕਲਾਈਮੇਟਾਈਜ਼ ਆਪੇ ਕਰਨਾ ਪੈਂਦਾ, ਆਪਣੀ ਕੰਡੀਸ਼ਨਿੰਗ ਆਪ ਕਰਨੀ ਪੈਂਦੀ, ਜਿੱਥੇ ਹਾਂ ਉੱਥੇ ਉੱਦਾਂ ਦਾ ਕੰਮ ਕਰਨਾ ਪੈਂਦਾ। ਜਿਹੜੇ ਤੁਹਾਡੇ ਫੈਨਸ ਹੈ ਲੰਬੇ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਅਤੇ ਫਾਈਨਲੀ ਤੁਸੀਂ ਇਸ ਫਿਲਮ 'ਚ ਸ਼ੂਟ ਕਰ ਰਹੇ, ਇਸ ਫਿਲਮ ਦੇ ਲਈ ਸ਼ੂਟ ਕਰ ਰਹੇ ਹੋ, ਮੇ ਬੀ ਇਹ ਫਿਲਮ ਨੈਕਸਟ ਈਅਰ ਰਿਲੀਜ਼ ਹੋਊਗੀ, ਪਰ ਇਸ ਫਿਲਮ 'ਚ ਕਿਸ ਤਰ੍ਹਾਂ ਦੇ ਕਿਰਦਾਰ 'ਚ ਐਤਕੀ ਤੁਸੀਂ ਨਜ਼ਰ ਆਓਗੇ? ਇੱਕ ਤਾਂ ਵਾਕਈ ਕਿ ਪਿੱਛੇ ਮੇਰਾ ਗੈਪ ਰਿਹਾ, ਮੈਂ ਥੋੜ੍ਹਾ ਛੁੱਟੀ ਲਈ ਹੋਈ ਸੀ ਫਿਲਮਾਂ ਤੋਂ, ਅਤੇ ਮੇਰਾ ਬੈਕਲੌਗ ਕਾਫੀ ਬਣਿਆ ਹੋਇਆ ਸੀ। ਹੁਣ ਮੇਰੀਆਂ ਫਿਲਮਾਂ 4-5 ਜਿਹੜੀਆਂ ਨੇ ਫਲੋਰ 'ਤੇ ਨੇ, 2-3 ਕੰਪਲੀਟ ਹੋ ਗਈਆਂ ਨੇ, 2-3-4 ਫਲੋਰ 'ਤੇ ਨੇ, ਇਕੱਠੀਆਂ ਫਿਲਮਾਂ ਮੇਰੀਆਂ ਲਗਾਤਾਰ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜਿਹੜੀ ਅਸੀਂ ਮੋਰੀਸ਼ੀਅਸ ਕਰਕੇ ਆਏ ਹਾਂ ਉਹਦੇ 'ਚ ਇੰਟਾਇਰਲੀ ਜਿਹਨੂੰ ਕਹਿ ਸਕਦੇ ਹਾਂ ਆਊਟ ਐਂਡ ਆਊਟ ਕਾਮੇਡੀ, ਇੰਟਾਇਰਲੀ ਡਿਫਰੈਂਟ ਥਿੰਗ ਉਹਦੇ ਨਾਲੋਂ ਇੱਥੇ ਮੈਂ ਕਰ ਰਿਹਾ, ਕਿਉਂਕਿ ਉਹ ਆਊਟ ਐਂਡ ਆਊਟ ਕਾਮੇਡੀ ਹੈ, ਇੱਥੇ ਬੜਾ ਇੰਟੈਂਸ ਕਰੈਕਟਰ ਹੈ, ਔਰ ਪਹਿਲੀ ਵਾਰ ਲੋਕ ਮੈਨੂੰ ਇਸ ਤਰ੍ਹਾਂ ਦੇ ਕਰੈਕਟਰ 'ਚ ਦੇਖਣਗੇ। ਤੁਸੀਂ ਮੈਨੂੰ ਕਾਮੇਡੀ ਕਰਦਿਆਂ ਬਹੁਤ ਦੇਖਿਆ, ਤੁਸੀਂ ਮੈਨੂੰ ਸੋਸ਼ਲ ਡਰਾਮਾ ਕਰਦਿਆਂ ਵੀ ਦੇਖਿਆ, ਇਮੋਸ਼ਨਲ ਵੀ ਦੇਖ ਲਿਆ, ਅਤੇ ਇੰਸਪੀਰੇਸ਼ਨਲ ਕਰੈਕਟਰ ਕਰਦੇ ਵੀ ਅਰਦਾਸ ਵਿੱਚ ਦੇਖ ਲਿਆ, ਪਰ ਮੈਨੂੰ ਕਿਤੇ ਤੁਸੀਂ ਇਸ ਤਰ੍ਹਾਂ ਦਾ ਕਰੈਕਟਰ ਕਰਦੇ ਨਹੀਂ ਦੇਖੇ ਜਿੱਥੇ ਤੁਹਾਨੂੰ ਗੁੱਸਾ ਆਵੇ। ਯਾਰ ਇਹ ਕੀ ਕਰੀ ਜਾਂਦਾ ਬੰਦਾ, ਯਾਰ ਇਹਨੂੰ ਮੈਂ ਕੰਨ 'ਤੇ ਮਾਰਾਂ ਜਾ ਕੇ, ਇਹਦੇ ਇਸ ਤਰ੍ਹਾਂ ਦਾ ਵੀ ਲੋਕਾਂ ਨੂੰ ਫੀਲ ਆਏਗਾ ਕਿ ਯਾਰ ਇਹ ਬੰਦਾ ਕਿਉਂ ਇੰਨਾ ਨੈਗੇਟਿਵ ਹੋ ਕੇ ਚੱਲ ਰਿਹਾ। ਪਰ ਉਹਦੇ ਵਿੱਚ ਵੀ ਇੱਕ ਚੈਲੇਂਜ ਹੈ ਮੇਰੇ ਲਈ ਇਸ ਤਰ੍ਹਾਂ ਦਾ ਕੰਮ ਕਰਨਾ, ਕਿਉਂਕਿ ਮੇਰਾ ਅੰਦਰੋਂ ਇੱਦਾਂ ਦਾ ਹੈ ਨਹੀਂ, ਉੱਦਾਂ ਦਾ ਪਰਫੋਰਮ ਕਰਨਾ ਬੜਾ ਔਖਾ, ਬਟ ਲੋਕਾਂ ਨੂੰ ਐਂਡ 'ਤੇ ਫਿਰ ਵੀ ਮੈਂ ਬੁਰਾ ਨਹੀਂ ਲੱਗਾਂਗਾ, ਠੀਕ ਹੀ ਲੱਗਾਂ। ਬਸ ਸੀਨ ਫਿਲਮਾਇਆ ਜਾ ਰਿਹਾ ਜੀ, ਫਿਲਮ ਚੱਲ ਰਹੀ ਹੈ, ਇੱਕ ਸੀਨ ਆ ਪਿੰਡ ਦਾ ਜੀ, ਇੱਕ ਸਿਚੁਏਸ਼ਨ ਰੱਖੀ ਜਾ ਰਹੀ ਹੈ ਨਛੱਤਰ ਸਿੰਘ ਕਰੈਕਟਰ ਦੇ ਅੱਗੇ, ਜਿਹੜੇ ਘੁੱਗੀ ਭਾਅ ਜੀ ਕਰ ਰਹੇ ਆ, ਬਹੁਤ ਅੱਛਾ ਰੋਲ ਕਰ ਰਹੇ ਆ, ਉਹਨਾਂ ਦੇ ਅੱਗੇ ਇੱਕ ਸਿਚੁਏਸ਼ਨ ਰੱਖੀ ਗਈ ਆ, ਅੱਗੇ ਸਿਚੁਏਸ਼ਨ ਦੇ ਨਾਲ ਘੁੱਗੀ ਭਾਅ ਜੀ ਨੇ ਲੜਨਾ ਆ, ਉਹ ਕਿੱਥੇ ਜਾ ਰਹੇ ਆ ਇਹ ਤਾਂ ਤੁਹਾਨੂੰ ਫਿਲਮ 'ਚ ਪਤਾ ਲੱਗੂਗਾ ਜੀ। ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਹੋਇਆ, ਸਭ ਤੋਂ ਵੱਡੀ ਗੱਲ ਇਹ ਹੈ ਕਿ ਘੁੱਗੀ ਭਾਅ ਜੀ ਦੀ ਖਾਸੀਅਤ ਇਹ ਹੈ, ਮੈਨੂੰ ਬਹੁਤ ਚੰਗੀ ਲੱਗੀ ਹੈ ਜਿਹੜੀ, ਕਿ ਇੱਕ ਤਾਂ ਥੀਏਟਰ ਨਾਲ ਜੁੜੇ ਹੋਏ ਆ, ਔਰ ਮੈਨੂੰ ਇੰਨਾ ਉਹਨਾਂ ਨੇ ਮੈਨੂੰ ਪੁੱਛਿਆ ਗੁਰਚੰਦ ਤੁਸੀਂ ਕੀ ਚਾਹੁੰਦੇ ਹੋ, ਔਰ ਜੋ ਮੈਂ ਚਾਹਿਆ ਸੀ ਉਸਦਾ ਔਰਾ ਆਲੇ ਦੁਆਲੇ ਸਿਚੁਏਸ਼ਨ ਸਿਰਜ ਕੇ ਜਿਹੜਾ ਕਰੈਕਟਰ ਕੱਢਿਆ, ਅਨਬਿਲੀਵੇਬਲ ਅਨਬਿਲੀਵੇਬਲ। ਅੱਜ ਦਾ ਦਿਨ ਬਹੁਤ ਹੀ ਇੰਟੈਂਸ ਸੀਗਾ, ਸੀਨਸ ਕਾਫੀ ਇੰਟੈਂਸ ਸੀਗੇ। ਸੋ ਮੇਨਲੀ ਗੁਰਪ੍ਰੀਤ ਘੁੱਗੀ ਜੀ ਦਾ ਸੀਗਾ, ਖੁਸ਼ੀ ਰਾਜਪੂਤ, ਨਿਰਮਲ ਰਿਸ਼ੀ ਮੈਮ ਦਾ, ਔਰ ਮੋਨਿਕਾ ਗਿੱਲ। ਤਾਂ ਸੀਨ ਦੱਸੀਏ ਨਾ ਦੱਸੀਏ ਉਹਨੇ ਥੋੜ੍ਹਾ ਜਿਹਾ ਹੋਏਗਾ, ਬਟ ਮੇਰਾ ਕੈਰੈਕਟਰ ਥੋੜ੍ਹਾ ਇਟ ਇਜ਼ ਅ ਮਿਕਸ ਆਫ ਐਵਰੀਥਿੰਗ, ਰੋਮਾਂਸ ਵੀ ਆ, ਕਾਮੇਡੀ ਵੀ ਆ, ਸੈਡ ਐਂਗਰੀ ਵੀ ਆ, ਸੋ ਥੋੜ੍ਹਾ ਬਹੁਤ ਹਰ ਕਿਸਮ ਦਾ ਮੇਰਾ ਕੈਰੈਕਟਰ ਹੈਗਾ। ਐਂਡ ਬਸ ਇੱਕ ਲਾਈਨ ਦੇ ਵਿੱਚ ਨੇਗਾ, ਕਾਫੀ ਲਾਈਵ ਆ, ਖੁੱਲ੍ਹਾ ਹੈ, ਐਂਡ ਵੈਰੀ ਐਕਸਾਈਟਡ। ਬਹੁਤ ਹੀ ਅੱਛਾ, ਬਹੁਤ ਹੀ ਐਕਸਾਈਟਮੈਂਟ ਸੀਗੀ, ਪਹਿਲਾ ਦਿਨ ਥੋੜ੍ਹਾ ਔੜਿਆ ਸੀਗਾ, ਇਨ ਦ ਸੈਂਸ ਕਿ ਥੀਏਟਰ ਲਾਰਜ ਐਕਟਿੰਗ ਹੁੰਦੀ ਆ, ਸੋ ਕੈਮਰੇ ਸਾਹਮਣੇ ਤਾਂ ਐਕਸਪ੍ਰੈਸ਼ਨ ਔਰ ਆਫ ਦੀ ਬੋਡੀ ਲੈਂਗੁਏਜ ਬਹੁਤ ਕੰਟਰੋਲ ਕਰਨੀ ਪੈਂਦੀ ਆ, ਤਾਂ ਉਹ ਥੋੜ੍ਹਾ ਮੈਨੂੰ ਸੀਗਾ। ਇੱਦਾਂ ਨਹੀਂ ਕਿ ਮੈਂ ਕੀਤਾ ਨਹੀਂ, ਪਹਿਲਾਂ ਐਕਟਿੰਗ ਮਾਡਲਿੰਗ ਕਾਫੀ ਕੀਤੀ ਆ ਕੈਮਰੇ ਦੇ ਸਾਹਮਣੇ, ਪਰ ਇਹ ਜੋ ਕਰੈਕਟਰ ਸੀਗਾ ਇਟ ਡਿਮਾਂਡਡ ਅ ਸਰਟਨ ਟਾਈਪ ਆਫ ਬੋਡੀ ਲੈਂਗੁਏਜ, ਸੋ ਉਹ ਸੈੱਟ ਕਰਨ ਇੱਕ ਦੋ ਦਿਨ ਲੱਗ ਗਏ ਸੀਗੇ, ਬਟ ਗੁਰਚਰਨ ਸਿੰਘ ਜੀ ਦੀ ਗਾਈਡੈਂਸ ਨਾਲ ਕਾਫੀ ਅੱਛਾ ਜਾ ਰਿਹਾ। ਹੁਣ ਤੁਹਾਨੂੰ ਮਿਲਵਾਉਣ ਲੱਗੇ ਹਾਂ ਇਸ ਫਿਲਮ ਦੇ ਲੀਡ ਐਕਟਰੈਸ ਮੋਨਿਕਾ ਗਿੱਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ। ਸਭ ਤੋਂ ਪਹਿਲਾਂ ਕੰਪਲੀਮੈਂਟ ਇਹ ਦੇਣਾ ਚਾਹੁੰਦਾ ਕਿ ਸੂਟ 'ਚ ਤੁਸੀਂ ਟ੍ਰੈਡੀਸ਼ਨਲ ਡਰੈਸ 'ਚ ਬਹੁਤ ਸੋਹਣੇ ਲੱਗਦੇ ਪਏ ਹੋ। ਥੈਂਕ ਯੂ ਜੀ। ਅਤੇ ਇਹ ਮੇਰੇ ਖਿਆਲ ਪਹਿਲੀ ਫਿਲਮ ਹੈ ਜਿਸ 'ਚ ਯੂ ਵਿਲ ਬੀ ਲੁਕਿੰਗ ਸੋ ਟ੍ਰੈਡੀਸ਼ਨਲ। ਯੈਸ, ਐਕਚੁਅਲੀ ਪਹਿਲਾਂ ਆਈ ਥਿੰਕ ਗਾਣਿਆਂ ਵਗੈਰਾ 'ਚ ਮੈਂ ਸੂਟ ਪਾਇਆ, ਪਰ ਇੱਕ ਇਹ ਪਹਿਲੀ ਫਿਲਮ ਇਹੋ ਜਿਹੀ ਹੋਗੀ ਜੇ ਕੈਰੈਕਟਰ ਹੀ ਸੂਟ ਪਾਉਂਦਾ ਆ,
right. Like oh it's a part of the characteristic or the traits of that character right te panch khab eh jithe tak main suniya eh jehdi film hai women centric film hai aurtaan pradhan jehde subject hunde punjabi filmaan ch kat bande hai magar hun jisa punjabi cinema grow kar reha te nove subjects aa rahe ne te women centric film ਤਾਂ ਤੁਸੀਂ ਹਿੱਸਾ ਬਣੇ ਤੇ ਹਾਊ ਇਜ਼ ਦ ਐਕਸਪੀਰੀਅੰਸ ਆਈ ਫੀਲ ਵੈਰੀ ਵੈਰੀ ਗ੍ਰੇਟਫੁਲ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਹ ਫਿਲਮ ਮਿਲੀ ਆਈ ਥਿੰਕ ਇਹ ਬਹੁਤ ਵੱਡੀ ਗੱਲ ਆ ਕਿ ਕੁੜੀ ਤੇ ਪ੍ਰੋਡਿਊਸਰ ਪੈਸੇ ਲਾਉਂਦੇ ਆ ਇਹ ਪੰਜਾਬੀ ਫਿਲਮ ਪੰਜਾਬੀ ਇੰਡਸਟਰੀ 'ਚ ਹੁੰਦਾ ਨੀਗਾ ਐਂਡ ਆਈ ਥਿੰਕ ਇਹ ਪੰਜਾਬੀ ਸਿਨੇਮੇ ਦੇ ਗਰੋਥ ਲਈ ਬਹੁਤ ਇੰਪੋਰਟੈਂਟ ਆ ਵੀ ਇਹ ਫਿਲਮ ਚੱਲੇ ਕਿਉਂ ਫਿਰ ਇਸ ਕਰਕੇ ਅੱਗੇ ਜਾ ਕੇ ਹੋਰ ਪੰਜਾਬੀ ਫੀਮੇਲ ਲੀਡਿੰਗ ਲੇਡੀਜ਼ ਨੂੰ ਵੀ Arthur backed roles miluge as the film title suggest a basically film panch khab te utte hegi hai and ek khab actually sadi society de realistic ਸੋਸ਼ਲ ਇਸ਼ੂਜ਼ ਹੈਗੇ ਜੋ ਅਸੀਂ ਫੇਸ ਕਰਦੇ ਹਾਂ ਅਸੀਂ ਫੈਮਿਲੀ 'ਚ ਫੇਸ ਕਰਦੇ ਐਂਡ ਕਿਸ ਤਰ੍ਹਾਂ ਤੁਸੀਂ ਉਨ ਚੈਲੰਜਸ ਨੂੰ ਉਨ ਇਸ਼ੂਜ਼ ਨੂੰ ਠੀਕ ਵੀ ਕਰ ਸਕਦੇ ਹੋ ਅਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਬਾਬਾ ਜੀ ਦੀ ਮਿਹਰ ਹੈ ਕਿ ਮੈਨੂੰ ਇੰਨੀ ਯੂ ਨੋ ਵਧੀਆ ਫਿਲਮ ਮਿਲੀ ਹੈ ਐਂਡ ਇੰਨੀ ਕੰਟੈਂਟ ਡਰਿਵਨ ਸਟਰੋਂਗ ਫਿਲਮ ਮਿਲੀ ਹੈ ਮੈਨੂੰ ਅਤੇ ਇਸ ਫਿਲਮ 'ਚ ਮੈਂ ਸਿਮੀ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਐਂਡ ਮੈਂ ਸਮਝਦੀ ਹਾਂ ਕਿ ਮੇਰੇ ਲਈ ਸਿਮੀ ਸਿੰਬਲਾਈਜ਼ ਕਰਦੀ ਹੈ ਬਿਊਟੀ ਆਫ ਮਾਇੰਡ ਅਤੇ ਸਟਰੈਂਥ ਆਫ ਹਾਰਟ ਨੂੰ ਅਤੇ ਚੈਲੇਂਜਿੰਗ ਸੀਗਾ ਰੋਲ ਐਂਡ ਬਹੁਤ ਹੀ ਵੇਰੀਏਸ਼ਨਸ ਹੈਗੇ ਅਤੇ ਯੂ ਵਿਲ ਸੀ ਨਾਓ ਮੇਰਾ ਕੈਰੈਕਟਰ ਹੈ ਇੱਕ ਘੁੱਗੀ ਭਾਅ ਜੀ ਨੇ ਗੁਰਪ੍ਰੀਤ ਜੀ ਉਹਨਾਂ ਦੀ ਵਾਈਫ ਦਾ ਰੋਲ ਪਲੇ ਕਰ ਰਹੀ ਹਾਂ ਮੈਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਔਰ ਅੱਜ ਕੱਲ੍ਹ ਵੀ ਤੁਸੀਂ ਸੁਣ ਰਹੇ ਜਿਸ ਤਰ੍ਹਾਂ ਬਾਬਿਆਂ ਦਾ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਕਿ ਮਤਲਬ ਬਾਬੇ ਟਾਈਪ ਉੱਥੇ ਜਾਓ ਤਾਂ ਇਹ ਉਹ ਸੋ ਇਹ ਵੀ ਪਰਿਵਾਰ ਥੋੜ੍ਹਾ ਅੰਧ ਵਿਸ਼ਵਾਸੀ ਹੈ ਅਤੇ ਲਾਸਟ ਵਿੱਚ ਥੋੜ੍ਹਾ ਜਿਹਾ ਹੈਪੀ ਐਂਡਿੰਗ ਹੈ ਬਟ ਕਿ ਮੇਰੀ ਜਿਹੜੀ ਸਟੋਰੀ ਪੂਰੀ ਸਟੋਰੀ ਇਹੀ ਹੈ ਕਿ ਉਹ ਸਟਰਗਲ 'ਚ ਹੀ ਹੈ ਕਿ ਕਿਸ ਤਰ੍ਹਾਂ ਉਹਨੂੰ ਉਹਦੇ ਇਨਲੋਜ਼ ਉਹਨੂੰ ਮਤਲਬ ਭੇਜਦੇ ਆ ਕਿ ਉੱਥੇ ਜਾ ਸ਼ਾਇਦ ਕੁਛ ਹੋ ਜਾਏਗਾ ਸੋ ਬਹੁਤ ਹੀ ਟਫ ਰੋਲ ਹੈ ਮੈਂ ਪਹਿਲੀ ਵਾਰੀ ਇੰਨਾ ਟਫ ਰੋਲ ਪਲੇ ਕਰ ਰਹੀ ਹਾਂ ਬਹੁਤ ਹੀ ਅੱਛੀ ਸਟੋਰੀ ਆ ਮਤਲਬ ਮੀਨਿੰਗਫੁਲ ਸਿਨੇਮਾ ਜੋ ਲੋਕ ਆਡੀਅੰਸ ਦੇਖਣਾ ਚਾਹੁੰਦੇ ਨੇ ਅਸੀਂ ਕੁਛ ਉਸ ਕੰਸੈਪਟ ਦੇ ਉੱਤੇ ਕੰਮ ਕਰ ਰਹੇ ਹਾਂ ਅਤੇ ਅੱਜ ਤੁਸੀਂ ਸ਼ੂਟ 'ਤੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਮੇਰੇ ਨਾਲ ਜਿਹੜੇ ਐਸੋਸੀਏਟ ਨੇ ਮੇਰੇ ਪਾਰਟਨਰ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਸੁਰਿੰਦਰ ਸਿੰਘ ਜੀ ਬਤਰਾ ਬੇਸਿਕਲੀ ਲੁਧਿਆਣੇ ਤੋਂ ਨੇ ਅਤੇ ਅਸੀਂ ਤਿੰਨ ਬੰਦੇ ਅਤੇ ਚੌਥਾ ਸਾਡਾ ਗੁਰਚਰਨ ਸਿੰਘ ਜੀ ਉਹ ਕੈਨੇਡਾ ਤੋਂ ਡਾਇਰੈਕਟਰ ਵੀ ਨੇ ਉਹ ਵੀ ਸਾਡੀ ਫਰਮ ਦੇ ਵਿੱਚ ਸਾਡੀ ਕੰਪਨੀ ਦੇ ਵਿੱਚ ਸਾਡੇ ਹਿੱਸੇਦਾਰ ਨੇ ਅਤੇ ਜਿਹੜੀ ਫਿਲਮ ਅਸੀਂ ਕਰਨ ਜਾ ਰਹੇ ਹਾਂ ਪੰਜਾਬੀ ਅਸੀਂ ਇਸ ਤੋਂ ਪਹਿਲਾਂ ਕਾਫੀ ਇਸ 'ਤੇ ਰਿਸਰਚ ਕੀਤੀ ਵੀ ਕੀ ਕੀਤਾ ਜਾਏ ਕੀ ਨਾ ਕੀਤਾ ਜਾਏ ਕਿਉਂਕਿ ਸਰ ਹਰ ਬੰਦੇ ਨੂੰ ਨਵੀਂ ਫੀਲਡ ਦੇ ਵਿੱਚ ਆਉਣ ਵਾਸਤੇ ਕਾਫੀ ਕੁਝ ਸੋਚਣਾ ਪੈਂਦਾ ਕਾਫੀ ਕੁਝ ਦੇਖਣਾ ਪੈਂਦਾ ਤਾਂ ਕਾਫੀ ਦੋ ਤਿੰਨ ਸਾਲ ਦੀ ਜਦੋਜਹਦ ਕਰਨ ਤੋਂ ਬਾਅਦ ਅਸੀਂ ਡਿਸੀਜਨ ਲਿਆ ਵੀ ਅਸੀਂ ਆਹ ਫਿਲਮ ਦੇ ਉੱਤੇ ਕੰਮ ਕਰਾਂਗੇ ਜੋ ਕਿ ਚੰਦਰ ਜੀ ਨੇ ਲਿਖੀ ਹੈ